ਗਲੋਬਲ ਪੰਜਾਬ ਟੀਵੀ ਤੇ ਜਗਤਾਰ ਸਿੰਘ ਸਿੱਧੂ ਵੱਲੋਂ ਦਰਸ਼ਕਾਂ ਦਾ ਸਵਾਗਤ ਹੈ। ਅੱਜ ਆਪਾਂ ਜਿਸ ਅਹਿਮ ਮੁੱਦੇ ਨੂੰ ਲੈ ਕੇ ਗੱਲਬਾਤ ਕਰ ਰਹੇ ਹਾਂ ਉਹ ਹੈ ਝੋਨੇ ਦੀ ਇਸ ਵਾਰ ਅਦਾਇਗੀ ਦਾ ਰਫੜ ਸਿਖਰ ਤੇ ਪਹੁੰਚਿਆ ਹੋਇਆ। ਪਹਿਲਾਂ ਤਾਂ ਕਿਸਾਨਾਂ ਵੱਲੋਂ ਫਸਲ ਦੀ ਵਿਕਰੀ ਨੂੰ ਲੈ ਕੇ ਮੰਡੀਆਂ 'ਚ ਰੋਲਣਾ ਪੈਂਦਾ ਹੈ, ਫਿਰ ਕਿਸਾਨ ਭਰਾਵਾਂ ਨੂੰ ਉਸੇ ਫਸਲ ਦੀ ਅਦਾਇਗੀ ਲਈ ਦੁਸ਼ਵਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹ ਪਹਿਲਾ ਮੌਕਾ ਹੈ ਜਦੋਂ ਆੜ੍ਹਤੀਆਂ ਨੂੰ ਸਰਕਾਰ ਤੋਂ ਪੇ ਮਿਲਣ ਲਈ ਧਰਨਿਆਂ 'ਤੇ ਮੁਜ਼ਾਹਰਿਆਂ 'ਤੇ ਉਤਰਨਾ ਪੈ ਰਿਹਾ ਹੈ। ਇਸ ਲਈ ਕਿਹੜੀ ਤੇ ਜ਼ਿੰਮੇਵਾਰ ਹੈ, ਆੜ੍ਹਤੀਏ, ਪੰਜਾਬ ਸਰਕਾਰ ਜਾਂ ਕੇਂਦਰ ਸਰਕਾਰ, ਇਹੀ ਅੱਜ ਸਾਡੀ ਬਹਿਸ ਦਾ ਮੁੱਦਾ ਰਹੇਗਾ। ਇਹਨਾਂ ਮੁੱਦਿਆਂ 'ਤੇ ਸਾਡੇ ਨਾਲ ਗੱਲਬਾਤ ਕਰਨ ਲਈ ਮੰਡੀ ਬੋਰਡ ਦੇ ਸੀਨੀਅਰ ਵਾਈਸ ਪ੍ਰੈਜੀਡੈਂਟ ਸਰਵਿੰਦਰ ਸਿੰਘ ਚੀਮਾ ਸਾਡੇ ਨਾਲ ਹਾਜ਼ਰ ਨੇ। ਸਾਡੇ ਨਾਲ ਦੂਜੇ ਜਿਹੜੇ ਖਾਸ ਮਹਿਮਾਨ ਅਸ਼ੋਕ ਜੀ, ਜਿਹੜੇ ਕਿ ਇੱਕ ਪ੍ਰੋਗਰੈਸਿਵ ਫਾਰਮਰ ਨੇ ਅਤੇ ਪਿੰਡ ਦੇ ਸਰਪੰਚ ਨੇ, ਅਸੀਂ ਦੋਨਾਂ ਮਹਿਮਾਨਾਂ ਨੂੰ ਜੀ ਆਇਆਂ ਆਖਦੇ ਹਾਂ। ਚੀਮਾ ਸਾਹਿਬ, ਜਿਹੜੀ ਝੋਨੇ ਦੀ ਅਦਾਇਗੀ ਦਾ ਰਫੜ ਪਿਆ ਹੋਇਆ, ਇਸ ਮੁੱਦੇ 'ਤੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ, ਇਹ ਪਿਛਲੇ 50-60 ਸਾਲ ਦੇ ਮੰਡੀਆਂ ਦੇ ਇਤਿਹਾਸ 'ਚ ਪਹਿਲੀ ਵਾਰ ਇਸ ਤਰ੍ਹਾਂ ਹੋਇਆ ਜੀ ਕਿ 15 ਦਿਨ ਹੋ ਗਏ ਅੱਜ ਕਿਸਾਨਾਂ ਦੀ ਅਦਾਇਗੀ ਜਿਹੜੀ ਹੈ ਜੀ ਜੀ ਉਹ ਕੇਂਦਰ ਸਰਕਾਰ ਵੱਲੋਂ ਜਾਰੀ ਨਹੀਂ ਕੀਤੀ ਗਈ। ਸੋ ਇਹਦੇ ਵਿੱਚ ਜਿਹੜੀ ਮੁੱਖ ਤੌਰ 'ਤੇ ਅਸੀਂ ਦੇਖਿਆ, ਉਹਦੇ 'ਚ ਕੁਝ ਅਧਿਕਾਰੀਆਂ ਨੇ ਜੋ ਪੰਜਾਬ ਤੋਂ ਇੱਥੋਂ ਮਾਲ ਖਰੀਦਣ ਤੋਂ ਬਾਅਦ ਜਿਹੜੀ ਇਹਦੀ ਸਟੋਰੇਜ ਹੁੰਦੀ ਹੈ ਜੀ, ਉਹਦੀ ਸਟੋਰੇਜ ਦੇ ਕੁਝ ਚਾਰਜਿਸ ਜਿਹੜੇ ਲਏ ਜਾਂਦੇ ਨੇ, ਕੁਝ ਟਰਾਂਸਪੋਰਟੇਸ਼ਨ ਦੇ ਚਾਰਜਿਸ ਲਏ ਜਾਂਦੇ ਨੇ, ਇਹਨਾਂ ਦੇ ਵਿੱਚੋਂ ਪੈਡੀ ਦੇ ਉੱਤੇ, ਝੋਨੇ ਦੇ ਉੱਤੇ ਜਿੰਨੀ ਟਰਾਂਸਪੋਰਟੇਸ਼ਨ ਹੈ ਪਿਛਲੇ 6-7 ਸਾਲ ਦੀ, ਉਹਦਾ ਇੱਕ ਪੈਸਾ ਵੀ ਕੇਂਦਰ ਸਰਕਾਰ ਨੇ ਜਿਹੜਾ ਉਹ ਪੰਜਾਬ ਦਾ ਕ੍ਰੈਡਿਟ ਨਹੀਂ ਕੀਤਾ ਜੀ, ਅਤੇ ਜਿਹਦੇ ਕਰਕੇ ਪੰਜਾਬ ਦੀ ਬੈਲੈਂਸ ਸ਼ੀਟ ਨੂੰ ਉਹਨਾਂ ਨੇ ਇਮਬੈਲੈਂਸ ਰੱਖਿਆ ਹੋਇਆ ਜੀ। ਅਤੇ ਸਾਡੀ ਇਸ ਵਾਰ ਦੀ ਅਦਾਇਗੀ ਦੇ ਨਾਲ ਉਹਨਾਂ ਨੇ ਜਿਹੜੀ ਇਹ ਸ਼ਰਤ ਲਾਈ ਹੈ, ਮੈਂ ਸਮਝਦਾ ਇਹ ਬਹੁਤ ਮੰਦਭਾਗੀ ਗੱਲ ਹੈ। ਔਰ ਉਹਦੇ ਨਾਲ ਜਿਹੜੀ ਚੀਮਾ ਸਾਹਿਬ ਜੀ, ਜਿਹੜਾ ਪਹਿਲੀ ਵਾਰੀ ਤਾਂ ਜਿਹੜੀ ਆਪਾਂ ਗੱਲ ਕਰਦੇ ਹਾਂ ਕਿ ਪਿਛਲੀ ਟੁੱਟ ਭੱਜ ਅਦਾਇਗੀ, ਸਾਰਾ ਜਿਹੜਾ ਟਰਾਂਸਪੋਰਟ, ਸਾਰੇ ਖਰਚੇ ਪਾ ਕੇ ਆਪਾਂ ਕਿਹਾ ਕਿ ਵੀ ਉਹਦੀ ਅਦਾਇਗੀ ਆਪਾਂ ਸੈਂਟਰ ਕੋਲੋਂ ਕਰਾਉਣੀ ਆ, ਪਰ ਇਹ ਕੋਈ ਨਵੀਂ ਤਾਂ ਹੈ ਨਹੀਂ, ਇਹ ਤਾਂ ਪਿਛਲੇ ਸਾਲਾਂ ਦੀ ਲਗਾਤਾਰ ਇਕੱਠਾ ਹੁੰਦਾ ਹੋਇਆ ਜਿਹੜਾ ਹੈਗਾ ਪੈਸਾ ਹੈਗਾ, ਜਿਹੜੀ ਰਕਮ ਉੱਥੋਂ ਤੱਕ ਬਣੀ ਹੈ। ਪਰ ਹੁਣ ਜਦੋਂ ਕਿ ਫਾਰਮਰਸ ਨੂੰ ਅਦਾਇਗੀ ਕਰਨੀ ਹੈ, ਤਾਂ ਇਸ ਵੇਲੇ ਇਹਨੂੰ ਕਿਉਂ ਆਪਾਂ ਇਸ਼ੂ ਬਣਾਇਆ? ਦੇਖੋ, ਮੈਂ ਤਾਂ ਇਹ ਗੱਲ ਕਹਿਣਾ ਕਿ ਇਹ ਇਸ਼ੂ ਹੈ ਨਹੀਂ ਸੀ ਜੀ, ਇਹਨੂੰ ਕੁਝ ਅਧਿਕਾਰੀਆਂ ਨੇ ਬਣਾਇਆ, ਕੁਝ ਅਧਿਕਾਰੀ ਨੰਬਰ ਬਣਾਉਣ ਵਾਸਤੇ ਉੱਥੇ ਮੋਦੀ ਸਰਾਬ ਨੇ ਨਵੀਂ ਸਰਕਾਰ ਬਣਨ ਤੇ ਆਈ ਹੈ ਅਤੇ ਫਾਈਨਾਂਸ ਵਾਲੇ ਪਾਸੇ ਉਹਨਾਂ ਦਾ ਧਿਆਨ ਹੈ ਜੀ, ਉਹਨਾਂ ਨੇ ਪੰਜਾਬ ਦੀ ਤਸਵੀਰ ਇਸ ਤਰ੍ਹਾਂ ਦੀ ਪੇਸ਼ ਕੀਤੀ ਆ ਉੱਥੇ ਕਿ ਜਿਵੇਂ ਪੰਜਾਬ ਦੇ ਵਿੱਚ ਜਿਹੜਾ ਹੈਗਾ ਉਹ ਪੈਸੇ ਨੂੰ ਜਿਹੜਾ ਉਹ ਸੱਜੇ ਖੱਬੇ ਕੀਤਾ ਜਾਂਦਾ, ਗਲਤ ਵਰਤੋਂ ਕੀਤੀ ਜਾ ਰਹੀ ਹੈ, ਗਲਤ ਵਰਤੋਂ ਕੀਤੀ ਜੀ ਜੀ। ਅਤੇ ਮੈਂ ਇਹ ਗੱਲ ਦਾਅਵੇ ਨਾਲ ਕਹਿ ਸਕਦਾ ਕਿ ਜਿਹੜੇ ਇਹ ਪੈਸੇ ਆਉਂਦੇ ਹੈ, ਪੰਜਾਬ ਜਿਹੜਾ ਹੈਗਾ ਉਹ ਪਹਿਲਾ ਸੂਬਾ ਹੈ ਹਿੰਦੁਸਤਾਨ ਦਾ ਜੀ, ਜਿਹਨੇ ਟੋਟਲ ਜਿੰਨੀ ਵੀ ਨੈਸ਼ਨਲ ਪ੍ਰੋਕਿਓਰਮੈਂਟ ਦੀ ਪ੍ਰਾਈਸ ਹੈ, ਇਹਨੂੰ ਡਾਇਰੈਕਟਲੀ ਆੜ੍ਹਤੀਆਂ ਦੇ ਰਾਹੀਂ ਕਿਸਾਨਾਂ ਤੱਕ ਵੰਡਿਆ ਜਾਂਦਾ। ਚੀਮਾ ਸਾਹਿਬ, ਬੇਸ਼ੱਕ ਸਾਡਾ ਅੱਜ ਦਾ ਸਾਡਾ ਸਬਜੈਕਟ ਨਹੀਂ ਹੈ, ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਪੰਜਾਬ ਦੇ ਅਧਿਕਾਰੀਆਂ ਨੇ ਸੈਂਟਰ 'ਚ ਪਿਕਚਰ ਪੇਸ਼ ਕੀਤੀ ਹੈ ਕਿ ਪੈਸਾ ਇੱਧਰ ਉੱਧਰ ਕੀਤਾ ਜਾਂਦਾ, ਉਹ ਆਪਣਾ ਅੱਜ ਦਾ ਸਬਜੈਕਟ ਨਹੀਂ ਹੈ, ਪਰ ਇਹ ਕਿਹਾ ਜਾਂਦਾ ਕਿ ਜਿਹੜੀਆਂ ਵੱਖ ਵੱਖ ਸਕੀਮਾਂ ਰਾਹੀਂ ਪੈਸਾ ਆਉਂਦਾ ਉਹ ਹੋਰ ਪਾਸੇ ਲੱਗ ਜਾਂਦਾ, ਸ਼ਾਇਦ ਇਹੀ ਵਜ੍ਹਾ ਹੈਗੀ ਹੈ ਜਿਹਦੇ ਕਰਕੇ ਓਵਰਆਲ ਪੰਜਾਬ ਬਾਰੇ ਸੈਂਟਰ 'ਚ ਵਿਊ ਲਿਆ ਜਾ ਰਿਹਾ ਵੀ ਪ੍ਰੋਪਰ ਇਸਤੇਮਾਲ ਨਹੀਂ ਹੁੰਦੀ ਰਕਮ। ਮੈਂ ਇੱਕ ਗੱਲ ਸਮਝਦਾ ਕਿ ਪਿੱਛੇ ਤਾਂ ਕੇਂਦਰ ਦੇ ਵਿੱਚ ਕਾਂਗਰਸ ਸਰਕਾਰ ਸੀ ਜੀ ਜੀ, ਅਤੇ ਪੰਜਾਬ ਸਰਕਾਰ ਦੀਆਂ ਜਿਹੜੀਆਂ ਲੋਕ ਭਲਾਈ ਸਕੀਮਾਂ ਸੀ ਉਹਨਾਂ ਕਰਕੇ ਸਰਕਾਰ ਦੀ ਪਾਪੂਲੈਰਿਟੀ ਵੱਧਦੀ ਸੀ, ਅਤੇ ਕੇਂਦਰ 'ਚ ਜਾ ਕੇ ਕਾਂਗਰਸ ਵਾਲੇ ਰੌਲਾ ਪਾਉਂਦੇ ਸੀ ਕਿ ਪੰਜਾਬ ਕੇਂਦਰ ਦੇ ਪੈਸੇ ਨੂੰ ਯੂਟੀਲਾਈਜ਼ ਕਰਕੇ ਪਾਪੂਲਰ ਹੋ ਰਿਹਾ ਜੀ ਜੀ, ਅਤੇ ਉਹ ਬਦਨਾਮ ਕਰਦੇ ਸੀ ਜੀ। ਪਰ ਹੁਣ ਤਾਂ ਅਸੀਂ ਸਮਝਦੇ ਹਾਂ ਕਿ ਪੰਜਾਬ ਦੇ ਕਿਸਾਨਾਂ ਵੀ, ਅਸਾਂ ਆੜ੍ਹਤੀਆਂ ਵੀ ਅਰਦਾਸਾਂ ਕੀਤੀਆਂ ਵੀ ਇਹ ਸਰਕਾਰ ਕੇਂਦਰ ਚੋਂ ਬਦਲੇ, ਪੰਜਾਬ ਦੀ ਆਪਣੇ ਮਿੱਤਰਾਂ ਦੀ ਬਦਲੇ ਜੀ ਜੀ, ਔਰ ਸਾਡੀ ਸਰਕਾਰ ਬਣੇ। ਪਰ ਬੜਾ ਦੁੱਖ ਹੋਇਆ ਇਸ ਵਾਰੀ ਆਪਣੀ ਸਰਕਾਰ ਬਣ ਜਾਏਗੀ ਜਿਹੜੀ ਉਹ ਨਹੀਂ ਜੀ ਜੀ। ਸ਼ੁਕ ਜੀ, ਜਿੱਦਾਂ ਇਹਨਾਂ ਨੇ ਕਿਹਾ ਹੈ ਕਿ ਵੀ ਬੜੀਆਂ ਅਰਦਾਸਾਂ ਕਰਕੇ ਕੇਂਦਰ 'ਚ ਮੋਦੀ ਸਾਹਿਬ ਦੀ ਸਰਕਾਰ ਲੈ ਕੇ ਆਏ, ਇਸ ਵਾਰ ਜਿਹੜਾ ਫਾਰਮਰਸ ਨੂੰ ਮੰਡੀਆਂ 'ਚ ਪਹਿਲਾਂ ਫਸਲ ਦੀ ਵਿਕਰੀ ਲਈ ਅਤੇ ਹੁਣ ਅਦਾਇਗੀ ਲਈ, ਜੇ ਆੜ੍ਹਤੀਆਂ ਨੂੰ ਰੋਲਣਾ ਪੈ ਰਿਹਾ 15-15 ਦਿਨ ਲਈ, ਅਤੇ ਫਾਰਮਰ ਦਾ ਅੰਦਾਜ਼ਾ ਲਾਇਆ ਜਾ ਸਕਦਾ ਜਿਹਦੀ ਜੇਬ ਦੇ 'ਚ ਪੈਸਾ ਹੀ ਕੋਈ ਨਹੀਂ ਹੋਊਗਾ, ਤੁਸੀਂ ਕੀ ਕਹੋਗੇ ਇਸ ਇਸ਼ੂ 'ਤੇ? ਇਸ ਟਾਈਮ ਤਾਂ ਇਹ ਪੋਜੀਸ਼ਨ ਹੈ ਜੀ ਪੰਜਾਬ ਦੀ ਜੀ, ਵੀ ਆੜ੍ਹਤੀਆਂ ਦੀ ਜੇਬ 'ਚ ਵੀ ਇੱਕ ਨਵਾਂ ਪੈਸਾ ਨਹੀਂ ਅਤੇ ਨਾ ਜ਼ਿੰਮੇਦਾਰ ਦੀ ਜੇਬ 'ਚ। ਅੱਛਾ, ਦੋਨੇ ਖਾਲੀ ਹੈ, ਆੜ੍ਹਤੀਆਂ ਵੀ ਖਾਲੀ ਹੈ ਅਤੇ ਫਾਰਮਰ ਵੀ ਖਾਲੀ ਹੈ। ਆੜ੍ਹਤੀਆਂ ਨਾਲ ਗੱਲ ਕਰੋ, ਕਹਿੰਦੇ ਸਾਡੇ ਕੋਲ ਤਾਂ ਨਵਾਂ ਪੈਸਾ ਨਹੀਂ ਹੈ ਜੀ, ਉੱਧਰ ਬਾਂਸਪਤੀ ਦੀ ਜਿਹੜੀ ਅਦਾਇਗੀ ਹੈ ਉਹ ਵੀ ਜਿਹੜੇ ਪ੍ਰਾਈਵੇਟ ਪਰਚੇਜਰ ਹੈ ਉਹਨਾਂ ਨੇ ਥੋੜ੍ਹੀ ਬਹੁਤੀ ਲੇਟ ਕਰਨੀ ਹੁੰਦੀ ਹੈ, ਸਰਕਾਰ ਦੀ ਅਦਾਇਗੀ ਰੁਕ ਗਈ, ਉਹਦੇ ਨਾਲ ਦੋਹਰੀ ਮਾਰ ਪੈ ਰਹੀ ਹੈ ਜੀ ਕਿਸਾਨ ਨੂੰ।
ਇਹ ਲੱਗਦਾ ਕਿ ਅਸ਼ੋਕ ਜੀ ਕਿ ਜਾਣ ਬੁੱਝ ਕੇ ਕੋਈ ਇਹਦੇ 'ਚ ਪ੍ਰੋਬਲਮ ਅਧਿਕਾਰੀਆਂ ਵੱਲੋਂ ਕ੍ਰੀਏਟ ਕੀਤੀ ਜਾ ਰਹੀ ਹੈ, ਜਿੱਦਾਂ ਇਹਨਾਂ ਨੇ ਕਿਹਾ ਕਿ ਪੰਜਾਬ 'ਚ ਅਕਾਲੀ ਦਲ BJP ਸੈਂਟਰ ਦੇ 'ਚ, ਜਿੱਦਾਂ ਮੈਂ ਕਹਿੰਦਾ ਹੁੰਦਾ ਇਹਨਾਂ ਦੇ ਮਿੱਤਰਾਂ ਦੀ ਸਰਕਾਰ, ਇਹਨਾਂ ਨੇ ਮੇਰੇ ਨਾਲੋਂ ਦੋ ਕਦਮ ਅੱਗੇ ਜਾ ਕੇ ਕਿਹਾ ਕਿ ਅਰਦਾਸਾਂ ਕਰਕੇ ਸਰਕਾਰ ਲਈ ਹੈ, ਫਿਰ ਕਿਉਂ ਇਹ ਰਫੜ ਪੈ ਰਿਹਾ? ਕੋਈ ਜਾਣ ਬੁੱਝ ਕੇ ਹੋ ਰਿਹਾ ਹੈ? ਨਹੀਂ, ਜਾਣ ਬੁੱਝ ਕੇ ਵੀ ਹੋ ਸਕਦਾ, ਜਾਂ ਕੁਛ ਜਿਹੜੇ ਅਧਿਕਾਰੀ ਹੈ ਉਹ ਉਸ ਚੀਜ਼ ਨੂੰ ਕਰ ਰਹੇ ਹੋਣ, ਪਰ ਜਿਹੜੀ ਆਫਟਰ ਆਲ ਇਹ ਗੱਲ ਹੈ ਵੀ ਕਿਸਾਨ 'ਤੇ ਤਾਂ ਮਾਰੂ ਅਸਰ ਪੈ ਰਿਹਾ ਜੀ ਉੱਥੇ ਜੀ। ਹਾਂ, ਕਿਸਾਨ ਨੂੰ ਇਸ ਟਾਈਮ ਪੈਸੇ ਦੀ ਜ਼ਰੂਰਤ ਹੈ ਜੀ, ਬਿਜਾਈ ਦਾਜਨ ਚੁੱਕ ਜੀ। ਕਿੰਨੇ ਕੁ ਦਿਨ ਹੋ ਗਏ ਫਾਰਮਰਸ ਨੂੰ ਜਿਹੜੀ ਕਿ ਮੰਡੀਆਂ 'ਚ ਉਹਨੇ ਆਪਣੀ ਫਸਲ ਵੇਚਦੀ ਹੈ ਪਰ ਅਦਾਇਗੀ ਨਹੀਂ ਹੋ ਰਹੀ? ਅਦਾਇਗੀ ਤਾਂ ਤਕਰੀਬਨ 18 ਤਰੀਕ ਤੋਂ ਰੁਕੀ ਹੋਈ ਹੈ ਜੀ। ਜੀ ਜੀ, ਅਤੇ ਚੀਮਾ ਸਰ, ਜਿੱਦਾਂ ਇਹਨਾਂ ਨੇ ਕਿਹਾ ਕਿ 18 ਦਿਨ ਤੋਂ ਅਦਾਇਗੀ ਰੁਕੀ ਹੋਈ ਹੈ, ਇਸ ਵੇਲੇ ਕਿੰਨੀ ਮੰਡੀਆਂ ਦੇ ਵਿੱਚ ਜਿਹੜਾ ਕਿ ਝੋਨਾ ਆ ਚੁੱਕਾ ਹੈ ਅਤੇ ਕਿੰਨੀ ਕੁ ਅਦਾਇਗੀ ਜਿਹੜੀ ਹੈਗੀ ਆ ਬਾਕੀ ਹੈ ਜਿਹੜੀ ਆਪਾਂ ਕਰਨੀ ਹੈ? ਦੇਖੋ, ਇਹ ਇਸ ਵੇਲੇ ਤੱਕ ਜਿਹੜਾ ਹੈਗਾ ਉਹ 1 ਕਰੋੜ ਅਤੇ 7 ਲੱਖ ਟਨ ਝੋਨਾ ਜਿਹੜਾ ਮੰਡੀਆਂ 'ਚ ਆ ਜੀ ਜੀ, ਔਰ ਅਦਾਇਗੀ ਜਿਸ ਤੱਕ ਹੈਗੀ ਹੈ ਜਿਹੜੀ ਪੰਜਾਬ ਸਰਕਾਰ ਵੱਲੋਂ ਅਦਾਇਗੀ ਅਕਤੂਬਰ ਮਹੀਨੇ ਲਈ 18,000 ਕਰੋੜ ਰੁਪਏ ਦੀ ਮੰਗ ਕੀਤੀ ਗਈ ਸੀ ਜੀ, ਅਤੇ ਇਹਨਾਂ ਨੇ 8,000 ਕਰੋੜ ਦੇ ਕੇ ਬਾਕੀ ਉਹਨਾਂ ਨੇ ਕਿਹਾ ਕਿ ਆ ਕੇ ਸਾਡੇ ਨਾਲ ਹਿਸਾਬ ਕਿਤਾਬ ਮਿਲਾਓ ਜੀ ਅਤੇ ਅਗਲੀ ਅਦਾਇਗੀ ਅਸੀਂ ਫਿਰ ਕਰਾਂਗੇ। ਇਹਨਾਂ ਘੱਟੋ ਘੱਟ 1,000 ਕਰੋੜ ਦੀ ਰਕਮ, 10,000 ਕਰੋੜ ਦੀ ਰਕਮ ਜਿਹੜੀ ਹੈਗੀ ਇਹਨਾਂ ਨੇ ਰੋਕੀ ਹੈ, ਔਰ ਸਾਡੀ ਸਿਰਫ ਜਿਹੜੀ ਅਜੇ ਤੱਕ ਪੇਮੈਂਟ ਹੋਈ ਹੈ 1,07,00,000 ਟਨ ਦੇ ਵਿੱਚੋਂ ਸਿਰਫ 40,00,000 ਟਨ ਦੀ ਪੇਮੈਂਟ ਅਸੀਂ ਕਿਸਾਨਾਂ ਨੂੰ ਕੀਤੀ ਹੈ ਥੋੜ੍ਹੀ ਥੋੜ੍ਹੀ। ਜਦੋਂ ਕਿ ਪ੍ਰੋਕਿਓਰਮੈਂਟ ਤੁਸੀਂ ਕਹਿ ਰਹੇ ਹੋ ਵੀ 1 ਕਰੋੜ ਨੂੰ ਕ੍ਰੋਸ ਕਰ ਚੁੱਕੀ ਹੈ, 67,00,000 ਟਨ ਦੀ ਜਿਹੜੀ ਹੈ ਅਦਾਇਗੀ ਉਹ ਇਸ ਵੇਲੇ ਮੰਡੀਆਂ ਵਿੱਚ ਕਿਸਾਨਾਂ ਨੂੰ ਰੋਲ ਰਿਹਾ ਜੀ। ਕਿਸਾਨਾਂ ਦੇ ਵਿੱਚ ਹਾਹਾਕਾਰ ਮਚਣੀ ਬਿਲਕੁਲ ਸੁਭਾਵਿਕ ਹੈ। ਜਿਹੜੇ ਕਿਸਾਨ ਨੇ ਪਹਿਲਾਂ ਪੱਲਿਓਂ ਤੇਲ ਫੂਕਿਆ, ਜਿੱਦਾਂ ਕਹਿੰਦੇ ਕਿ ਆਪਾਂ ਸੋਕਾ ਹੋਣ ਦੇ ਬਾਵਜੂਦ ਉਹਨਾਂ ਨੇ ਸਾਰਾ ਕੁਝ ਕੀਤਾ ਅਤੇ ਹੁਣ ਉਹਨਾਂ ਨੂੰ ਅਦਾਇਗੀ ਨਹੀਂ ਹੋ ਰਹੀ, ਤੁਸੀਂ ਕਹਿ ਰਹੇ ਕਿ ਜਿਹੜੇ ਅਧਿਕਾਰੀ ਇਸ ਤਰ੍ਹਾਂ ਕਰ ਰਹੇ ਆ, ਕੀ ਇਹਦੇ ਪਿੱਛੇ ਕੋਈ ਪੋਲੀਟੀਕਲ ਪ੍ਰੋਬਲਮ ਹੈਗੀ ਹੈ? ਜਾਣ ਬੁੱਝ ਕੇ ਕਿਉਂ ਹੋ ਰਿਹਾ? ਦੇਖੋ, ਮੈਂ ਪੋਲੀਟੀਕਲ ਪ੍ਰੋਬਲਮ ਬਾਰੇ ਤਾਂ ਨਹੀਂ ਕਹਿ ਸਕਦਾ, ਪਰ ਇੰਨਾ ਜ਼ਰੂਰ ਕਹਿ ਸਕਦਾ ਕਿ ਦਿੱਲੀ 'ਚ ਸਰਕਾਰ ਬਦਲੀ ਹੈ ਜੀ ਜੀ, ਇਹ ਫੂਡ ਮਹਿਕਮੇ ਦੇ ਵਿੱਚ ਜਿਹੜੇ ਅਧਿਕਾਰੀ ਨੇ ਇਹਨਾਂ 'ਚੋਂ 1 ਵੀ ਅਧਿਕਾਰੀ ਨਹੀਂ ਬਦਲਿਆ ਜੀ। ਜੋ ਇਹ ਪਿੱਛੇ ਭੇਦਭਾਵ ਪੰਜਾਬ ਨਾਲ ਕਰਦੇ ਸੀ ਉਹੀ ਹੁਣ ਕਰ ਰਹੇ ਨੇ, ਅਤੇ ਜਿੰਨਾ ਚਿਰ ਇਹਨਾਂ ਅਧਿਕਾਰੀਆਂ ਨੂੰ ਬਦਲਿਆ ਨਹੀਂ ਜਾਂਦਾ ਉਹਨਾਂ 'ਚ ਇਹਨਾਂ ਨੇ ਪੰਜਾਬ ਨੂੰ ਸੁੱਖ ਦਾ ਸਾਹ ਨਹੀਂ ਆਉਣ ਦੇਣਾ ਜੀ ਜੀ। ਇਹਨਾਂ ਦਾ ਰਵੱਈਆ ਉਸੇ ਤਰ੍ਹਾਂ ਦੇ ਜਿੱਦਾਂ ਪਹਿਲਾਂ ਦੀ ਸਰਕਾਰ ਬਣੀ, ਬਿਲਕੁਲ ਉਸੇ। ਅਸ਼ੋਕ ਜੀ, ਜਿੱਦਾਂ ਇਹਨਾਂ ਨੇ ਜ਼ਿਕਰ ਕੀਤਾ ਇਸ ਗੱਲ ਦਾ ਕਿ ਵੀ ਐਤਕੀ ਬਾਰਿਸ਼ਾਂ ਵੀ ਘੱਟ ਹੋਈਆਂ, ਕਿਸਾਨ ਨੂੰ ਜਿਹੜਾ ਹੈਗਾ ਮਹਿੰਗੇ ਭਾਅ ਝੋਨਾ ਪਾਲਣਾ ਪਿਆ, ਤੁਸੀਂ ਕੀ ਸਮਝਦੇ ਹੋ ਕਿ ਵੀ ਅੱਗੇ ਨਾਲੋਂ ਕਿਸਾਨ ਦੇ ਖਰਚੇ ਵੱਧ ਹੋਏ ਪਰ ਉਹਨੂੰ ਮੁੱਲ ਮੁੱਲ ਨਹੀਂ ਰਿਹਾ? ਖਰਚੇ ਵੱਧ ਹੋਏ ਹਨ ਜੀ, ਖਰਚੇ ਵੱਧ ਹੋਣ ਦੇ ਨਾਲ ਨਾਲ ਜਿਹੜੀ ਬਾਂਸਪਤੀ ਕੀਮਤ ਹੈ ਉਹ ਵੀ ਪਿਛਲੇ ਸਾਲਾਂ ਨੂੰ 1,000-1,500 ਰੁਪਏ ਘੱਟ ਹੈ ਜੀ ਜੀ ਜੀ। ਉੱਧਰ ਵੀ ਮਾਰ ਪੈ ਰਹੀ ਜੀ ਕਿਸਾਨ ਨੂੰ ਜੀ, ਜਿਹੜੇ ਬਾਂਸਪਤੀ ਜਿਹਨਾਂ ਨੇ ਲਾਈ ਹੈ ਜੀ ਉਹਨਾਂ ਨੂੰ ਰੇਟ 'ਚ ਵੀ ਮਾਰ ਪੈ ਰਹੀ ਹੈ ਜੀ, ਪੇਮੈਂਟ ਵੀ ਸਮੇਂ ਸਿਰ ਨਹੀਂ ਹੋ ਰਹੀ ਜੀ ਜੀ, ਪਰਮਲ ਵਾਲੀ ਪੇਮੈਂਟ ਵੀ ਰੁਕ ਗਈ ਜੀ, ਦੋਨੋਂ ਤਰ੍ਹਾਂ ਹੀ ਮਤਲਬ ਕਿਸਾਨ ਨੂੰ ਕੋਈ ਪੈਸਾ ਇਸ ਟਾਈਮ ਹੈ ਨਹੀਂ ਜਿਹੜਾ ਉਹਨਾਂ ਨੇ ਲੈਣਾ, ਆੜ੍ਹਤੀ ਕਹਿੰਦੇ ਸਾਡੇ ਕੋਲ ਨਹੀਂ ਹੈ ਜੀ ਸਰਕਾਰ ਵੱਲੋਂ। ਅਸ਼ੋਕ ਜੀ, ਜਿਹੜੀ ਸਰਕਾਰ ਇਹ ਕਹਿੰਦੀ ਹੈ ਫਸਲੀ ਵਿਭਿੰਨਤਾ ਦਾ ਬਾਰ ਬਾਰ ਜ਼ਿਕਰ ਕਰਦੀ ਹੈ ਕਿ ਵੀ ਕਿਸਾਨਾਂ ਨੂੰ ਕਣਕ ਝੋਨੇ ਦੇ ਰਵਾਇਤੀ ਫਸਲ ਤੋਂ ਟੁੱਟਣਾ ਚਾਹੀਦਾ, ਬਾਸਮਤੀ ਦਾ ਥੋੜ੍ਹਾ ਹਟ ਕੇ ਜਿੱਥੇ ਪਾਣੀ ਦੀ ਘੱਟ ਲਾਗਤ ਆਉਂਦੀ ਹੈ, ਤਾਂ ਹੁਣ ਕਿਉਂ ਫਿਰ ਬਾਸਮਤੀ ਦਾ ਮੁੱਲ ਕਿਉਂ ਨਹੀਂ ਮਿਲਿਆ? ਕਿਸਾਨ ਦੀ ਸਰਕਾਰ ਕਿਉਂ ਨਹੀਂ ਮਦਦ 'ਤੇ ਆ ਰਹੀ? ਜਿਹੜੀ ਨਾ ਬਾਸਮਤੀ 'ਤੇ ਕੋਈ ਪੋਲਿਸੀ ਨਹੀਂ ਹੈਗੀ ਜੀ ਸਰਕਾਰ ਦੀ, ਜਿੱਦਾਂ MSP ਹੈ ਪਰਮਲ ਜਾਂ ਵੀਟ 'ਤੇ ਜੀ, ਇੱਦਾਂ ਕੋਈ ਜਿਹੜੀ ਬਾਂਸਪਤੀ ਵਰਾਇਟੀ ਹੈ ਅਤੇ ਕੋਈ ਸਰਕਾਰ ਦੀ ਰੇਟ ਬਾਰੇ ਕੋਈ ਪੋਲਿਸੀ ਨਹੀਂ, ਜੋ ਮਤਲਬ ਵਪਾਰੀ ਇਹਦੀ ਆਪਸ਼ਨ ਹੁੰਦੀ ਹੈ ਮੰਡੀ 'ਚ ਖੁੱਲ੍ਹੀ ਜੀ, ਉਹਦੇ ਹਿਸਾਬ ਨਾਲ ਇਹ ਖਰੀਦ ਲੈਂਦਾ, ਚਾਹੇ ਉਹ ਵੱਧ ਵਿਕ ਜਾਵੇ ਚਾਹੇ ਘੱਟ ਵਿਕ ਜਾਵੇ, ਕਿਸਾਨ ਨੂੰ ਵੇਚਣੀ ਪੈਂਦੀ ਹੈ ਜੀ। ਜਿਵੇਂ ਸਰ ਤੁਸੀਂ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਵੀ ਹੋ, ਮੰਡੀ ਬੋਰਡ ਦੇ ਵੀ ਵਾਈਸ ਪ੍ਰੈਜੀਡੈਂਟ ਹੋ, ਜਿਹੜਾ ਬਾਸਮਤੀ ਦਾ ਇਸ਼ੂ ਹੁਣ ਇਸ ਵੇਲੇ ਰੇਜ਼ ਹੋਇਆ, ਪਿਛਲੀ ਵਾਰੀ ਬਾਸਮਤੀ ਦਾ ਚੰਗਾ ਮੁੱਲ ਮਿਲਿਆ ਔਰ ਸਰਕਾਰ ਵੀ ਇਹ ਕਹਿੰਦੀ ਹੈ ਕਿ ਥੋੜ੍ਹਾ ਰੂਟੀਨ ਨਾਲੋਂ ਹਟ ਕੇ ਫਸਲਾਂ ਬੀਜੋ, ਹੁਣ ਬਾਸਮਤੀ ਰੁੱਲ ਰਹੀ ਹੈ, ਤੁਸੀਂ ਇਸ ਮੁੱਦੇ 'ਤੇ ਤੁਹਾਡਾ ਤਾਂ ਇੰਨਾ ਤਜਰਬਾ ਹੈ, ਕਿਉਂ ਭਾਣਾ ਵਾਪਰਿਆ ਕਿਸਾਨਾਂ ਦੇ ਨਾਲ? ਦੇਖੋ, ਮੈਂ ਇੱਕ ਗੱਲ ਦੱਸਣੀ ਚਾਹੁੰਦਾ ਵੀ ਇਸ ਵੇਲੇ ਜਿਹੜਾ ਯੁੱਗ ਹੈ ਗਲੋਬਲਾਈਜੇਸ਼ਨ ਦਾ ਚੱਲ ਰਿਹਾ ਜੀ ਜੀ ਜੀ, ਇਹਦੇ 'ਚ ਬਹੁਤ ਵੱਡੀਆਂ ਮਲਟੀਨੈਸ਼ਨਲ ਕੰਪਨੀਆਂ ਜਿਹੜੀਆਂ ਨੇ ਉਹ ਖਰੀਦੋ ਫਰੋਖਤ ਦੇ ਵਿੱਚ ਆਈਆਂ ਹੋਈਆਂ ਜੀ, ਤਾਂ ਪੰਜਾਬ ਔਰ ਹਿੰਦੁਸਤਾਨ ਦੇ ਵਿੱਚ ਜਿੰਨਾ ਕਿਸਾਨ ਹੈ, ਜੇ MSP ਹੈਗੀ ਹੈ ਤਾਂ ਅੱਜ ਕਿਸਾਨ ਰੋਟੀ ਖਾ ਰਿਹਾ, ਤਾਂ ਜਿੱਦਣ MSP ਹਟ ਗਈ ਉਦਣ ਕਿਸਾਨ ਸਾਰੇ ਜਿਹੜੇ ਨੇ ਜ਼ਮੀਨ 'ਤੇ ਆ ਜਾਣਗੇ। ਇਹ ਬਾਸਮਤੀ ਦਾ ਜਿਹੜਾ ਇਸ ਵਾਰ ਇਹ ਹਾਲ ਹੈ ਉਹਦਾ ਵੱਡਾ ਕਾਰਨ ਇਹ ਹੈ ਕਿ ਇਹਦੇ 'ਤੇ MSP ਹੈ ਨਹੀਂ, ਜਿਹੜੀਆਂ ਇੰਟਰਨੈਸ਼ਨਲ ਕੰਪਨੀਆਂ ਨੇ ਉਹ ਡਾਟਾ ਲੈ ਲੈਂਦੀਆਂ ਨੇ ਕਿ ਅੱਜ ਪੰਜਾਬ 'ਚ ਕਿੰਨੀ ਪੈਦਾਵਾਰ, ਉੱਤਰਾਂਚਲ 'ਚ ਕਿੰਨੀ ਹੈ, ਪਾਕਿਸਤਾਨ 'ਚ ਕਿੰਨੀ ਹੈ, ਓਵਰਆਲ ਸਾਰਾ ਉਹਨਾਂ ਨੇ ਸਿੱਧਾ ਲਿਆ ਕੇ ਜਿਹੜਾ ਹੈ 1,000 ਜੀ ਉੱਥੇ ਦੁਬਈ ਦੀਆਂ ਮੰਡੀਆਂ ਦੇ ਵਿੱਚ ਵੀ ਔਰ ਸਿੰਗਾਪੁਰ ਦੀਆਂ ਮੰਡੀਆਂ 'ਚ ਜੀ, ਦੋਨੋਂ ਜਗ੍ਹਾ 1,000 ਰੁਪਈਆ ਜਿਹੜਾ ਹੈਗਾ ਉਹ ਇਹਨਾਂ ਨੇ ਘਟਾ ਦਿੱਤਾ, ਉਹੀ 1,000 ਸਾਡੇ ਕਿਸਾਨ ਦਾ ਘੱਟ ਗਿਆ ਜੀ।
ਸੋ ਇਹ ਜਿਹੜਾ ਉਹਨਾਂ ਦਾ ਪ੍ਰਾਈਵੇਟ ਹੱਥਾਂ ਦੇ ਵਿੱਚ ਇਹ ਕਾਰੋਬਾਰ ਰਹਿਣਾ, ਇਹ ਕਿਸਾਨਾਂ ਦੀ ਸਿਕਿਉਰਿਟੀ ਨਹੀਂ ਹੈ। ਜੀ ਜੀ, ਬਲਕਿ ਉਹ ਕਿਸਾਨਾਂ ਦੀ ਸੰਘੀ ਨੱਪਦੇ ਹੈ। ਅਸ਼ੋਕ ਜੀ, ਜਿੱਦਾਂ ਇਹਨਾਂ ਨੇ ਕਹੀ ਆ ਗੱਲ ਕਿ ਜਿਹੜੀ ਘੱਟੋ ਘੱਟ ਖਰੀਦ ਕੀਮਤ ਹੈ ਉਹ ਜ਼ਰੂਰ ਤੈਅ ਹੋਣੀ ਚਾਹੀਦੀ ਹੈ, ਤੁਸੀਂ ਕੀ ਸਮਝਦੇ ਹੋ ਕਿਸਾਨ ਹੋਣ ਦੇ ਨਾਤੇ? ਨਹੀਂ ਨਹੀਂ, ਇੱਦਾਂ ਹੈ ਜੀ, ਗੱਲ ਹੋਣੀ ਤਾਂ ਚਾਹੀਦੀ ਹੈ ਜ਼ਰੂਰ ਜੀ, ਪਰ ਇਹਦੇ 'ਚ ਸਰਕਾਰ ਬਾਸਮਤੀ ਦੀ ਵਰਾਇਟੀਆਂ ਅਲੱਗ ਅਲੱਗ ਹੈ ਜੀ, ਉਹਦੇ 'ਚ ਵੀ ਪ੍ਰੋਬਲਮ ਆਉਂਦੀ ਹੈ ਜੀ, ਕੋਈ 11-21 ਹੈ ਜੀ, 1509 ਹੈ ਜੀ, ਇਸ ਕਰਕੇ ਹੋਰ ਵੀ ਬਹੁਤ ਵਰਾਇਟੀਆਂ ਜੀ, ਉਹਦੇ 'ਚ ਸਰਕਾਰ ਸਮੱਸਿਆ ਆ ਜਾਂਦੀ ਹੈ ਜੀ ਵੀ ਕਿਹੜੀ ਵਰਾਇਟੀ ਕਿਸ ਰੇਟ 'ਤੇ ਵੇਚੀ ਜਾਵੇ। ਬਹੁਤ ਜਿਹੜਾ ਫਾਰਮਰਸ ਨੂੰ ਇਹ ਹੁੰਦਾ ਅਸ਼ਿਓਰਡ ਹੁੰਦਾ ਵੀ ਕਣਕ ਦੀ ਇੰਨੀ ਘੱਟੋ ਘੱਟ ਕੀਮਤ ਮਿਲੇਗੀ, ਪੈੜੀ ਦੀ ਇੰਨੀ ਮਿਲੇਗੀ, ਜਿਹੜੀ ਬਾਸਮਤੀ ਹੈ ਜਾਂ ਦੂਜੀ ਵਰਾਇਟੀ ਹੈ ਉਹਦੇ 'ਚ ਉਹਨੂੰ ਕੋਈ ਗਰੰਟੀ ਨਹੀਂ ਹੁੰਦੀ ਕਿ ਕਿੰਨੀ ਕੀਮਤ ਮਿਲੇਗੀ। ਨਹੀਂ ਨਹੀਂ, ਬਿਲਕੁਲ ਨਹੀਂ ਗਰੰਟੀ ਜੀ, ਅੱਧ ਵੀ ਰਹਿ ਸਕਦਾ ਜੀ ਕਿਸਾਨ ਜੀ, 50% ਵੀ ਉੜ ਗਏ ਇਸ ਵਾਰੀ ਕਈ ਵਾਰੀ, ਪਰ ਜੂਏ ਵਾਲੀ ਗੱਲ ਹੈ ਕਿ ਮਿਲ ਗਿਆ ਮਿਲ ਗਿਆ, ਨਹੀਂ ਮਿਲਿਆ ਤਾਂ ਨਾ ਮਿਲਿਆ ਜਿਹੜਾ ਹੈਗਾ, ਅਤੇ ਫਾਰਮਰਸ ਦਾ ਹੀ ਚੁੱਕਾ ਚੋੜਾ ਅਲਟੀਮੇਟਲੀ ਜਿਹੜਾ ਹੈਗਾ। ਜੋ ਮੌਜੂਦਾ ਸਥਿਤੀ ਹੋਈ ਹੈ ਚੀਮਾ ਸਾਹਿਬ, ਉਹਦੇ 'ਚ ਦੇਖੋ ਜਿੱਦਾਂ ਇਹਨਾਂ ਨੇ ਕਿਹਾ ਵੀ ਆੜ੍ਹਤੀਆਂ ਦੀਆਂ ਜੇਬਾਂ ਵੀ ਖਾਲੀ, ਫਾਰਮਰਸ ਦੀਆਂ ਜੇਬਾਂ ਵੀ ਖਾਲੀ, ਇਹਦੇ ਨਾਲ ਕਿਤੇ ਇਹ ਨਹੀਂ ਲੱਗਦਾ ਕਿ ਸਮਾਜਿਕ ਤੌਰ 'ਤੇ ਬਿਟਰਨੈਸ ਆੜ੍ਹਤੀਆਂ ਅਤੇ ਕਿਸਾਨਾਂ ਦੇ ਵਿੱਚ ਵੀ ਇਸ ਮੁੱਦੇ 'ਤੇ, ਕਿਉਂਕਿ ਕਿਸਾਨਾਂ ਨੇ ਆੜ੍ਹਤੀਆਂ ਕੋਲ ਜਾਣਾ, ਉਹਨਾਂ ਨੂੰ ਨਹੀਂ ਪਤਾ ਵੀ ਆੜ੍ਹਤੀਆਂ ਨੂੰ ਅੱਗੋਂ ਮਿਲੇ ਜਾਂ ਕਿ ਨਹੀਂ ਮਿਲੇ, ਇਹ ਕਾਫੀ ਨਾਜ਼ੁਕ ਮਾਮਲਾ ਹੈ। ਦੇਖੋ ਇਹਦੇ 'ਚ ਮੈਂ ਧੰਨਵਾਦ ਕਰਦਾ ਮੀਡੀਆ ਦਾ ਜੀ, ਤੁਹਾਡੇ ਚੈਨਲਾਂ ਦਾ ਜਿਹੜੇ ਸੱਚਾਈ ਪੇਸ਼ ਕਰ ਰਹੇ, ਨਹੀਂ ਤਾਂ ਕਿਸਾਨਾਂ ਨੇ ਮਤਲਬ ਆਪਣੇ ਆੜ੍ਹਤੀਆਂ ਨਾਲ ਪੱਕੀ ਨਾਰਾਜ਼ਗੀ ਬਣਾ ਲਈ ਸੀ ਜੀ ਜੀ, ਵੀ ਸ਼ਾਇਦ ਆੜ੍ਹਤੀਆਂ ਕੋਲ ਤਾਂ ਪੈਸੇ ਆ ਗਏ ਅਤੇ ਸਾਨੂੰ ਇਹ ਜਿਹੜੇ ਆ ਲੇਟ ਕਰ ਰਹੇ ਨੇ, ਜੱਟ ਨੂੰ ਭੁਲੇਖਾ ਵੀ ਹੁੰਦਾ ਵੀ ਆੜ੍ਹਤੀ ਕੋਲ ਪੈਸਾ ਬਹੁਤ ਹੈ। ਪਰ ਹੁਣ ਜਿੰਨਾ ਤੁਸੀਂ ਮੀਡੀਆ ਦੇ ਵਿੱਚ ਇਸ ਗੱਲ ਨੂੰ ਟੇਕਅਪ ਕੀਤਾ ਹੈ, ਹੁਣ ਸਾਡੇ ਕਿਸਾਨ ਵੀ ਟੀ ਵੀ ਦੇਖਦੇ ਜੀ ਜੀ, ਅਖਬਾਰਾਂ ਵੀ ਪੜ੍ਹਦੇ ਨੇ, ਪਿੰਡਾਂ 'ਚ ਬਹਿ ਕੇ ਖੁੰਡਾਂ 'ਤੇ ਗੱਲਾਂ ਵੀ ਹੁੰਦੀਆਂ, ਤਾਂ ਇਹ ਤਾਂ ਨਹੀਂ ਕਿਸਾਨ ਕਹਿੰਦਾ ਕਿ ਸਾਡਾ ਆੜ੍ਹਤੀ ਨਹੀਂ ਦੇ ਰਿਹਾ, ਪਰ ਉਹ ਇਸ ਗੱਲ ਤੋਂ ਦੁਖੀ ਜ਼ਰੂਰ ਹੈ ਭਈ ਅਸੀਂ ਕੇਂਦਰ ਦੇ ਵਿੱਚ ਆਪਣੀ ਸਰਕਾਰ ਲਿਆਂਦੀ ਸੀ ਅਤੇ ਸਾਨੂੰ ਕੇਂਦਰ ਸਰਕਾਰ ਨੇ ਨਿਰਾਸ਼ ਕੀਤਾ। ਅੱਜ ਅਸੀਂ ਆਪਣੇ ਮਹਿਮਾਨਾਂ ਨਾਲ ਜਿਸ ਮੁੱਦੇ ਦੇ ਉੱਤੇ ਚਰਚਾ ਕਰ ਰਹੇ ਹਾਂ ਉਹ ਕਿ ਪੰਜਾਬ 'ਚ ਝੋਨੇ ਦੀ ਅਦਾਇਗੀ ਨੂੰ ਲੈ ਕੇ ਜੋ ਰਫੜ ਖੜਾ ਹੋਇਆ, ਘੱਟੋ ਘੱਟ 15 ਦਿਨ ਹੋ ਗਏ ਆ, ਨਾ ਆੜ੍ਹਤੀਆਂ ਨੂੰ ਪੇਮੈਂਟ ਮਿਲੀ ਹੈ ਔਰ ਫਾਰਮਰ ਨੂੰ ਤਾਂ ਮਿਲਣੀ ਮਿਲਣੀ ਹੈ, ਉਹਦੇ ਕਾਰਨ ਪੰਜਾਬ ਦੇ ਅੰਦਰ ਭਾਰੀ ਬੇਚੈਨੀ ਹੈ, ਅਨਰੈਸਟ ਹੈ। ਜਿੱਦਾਂ ਚੀਮਾ ਸਾਹਿਬ ਕਹਿ ਰਿਹਾ, ਇਹ ਪਹਿਲੀ ਵਾਰ ਹੈ ਕਿ ਕੇਂਦਰ 'ਚ ਮੋਦੀ ਸਰਕਾਰ ਆਉਣ ਤੋਂ ਬਾਅਦ ਪੰਜਾਬ ਦੇ ਫਾਰਮਰ ਨੂੰ ਬੇਸੁਆਦੀ ਦਾ ਸਾਹਮਣਾ ਕਰਨਾ ਪੈ ਰਿਹਾ। ਇਹਨਾਂ ਸਾਰੇ ਇਸ਼ੂ 'ਤੇ ਕਿ ਅਹਿਮ ਸਵਾਲਾਂ ਬਾਰੇ ਅਸੀਂ ਆਪਣੇ ਮਹਿਮਾਨਾਂ ਨਾਲ ਗੱਲਬਾਤ ਜਾਰੀ ਰੱਖਾਂਗੇ, ਪਰ ਹੁਣ ਸਮਾਂ ਇੱਕ ਛੋਟੇ ਜਿਹੇ ਬ੍ਰੇਕ ਦਾ, ਤੁਸੀਂ ਇੰਤਜ਼ਾਰ ਕਰੋ ਬ੍ਰੇਕ ਖਤਮ ਹੋਣ ਤੱਕ। ਗਲੋਬਲ ਪੰਜਾਬ ਟੀ ਵੀ 'ਤੇ ਦਰਸ਼ਕਾਂ ਦਾ ਮੁੜ ਇੱਕ ਵਾਰ ਸਵਾਗਤ ਹੈ। ਜਿਵੇਂ ਸਰ, ਜਿੱਦਾਂ ਬ੍ਰੇਕ ਤੋਂ ਪਹਿਲਾਂ ਆਪਾਂ ਚਰਚਾ ਕਰ ਰਹੇ ਸੀ ਕਿ ਜਿਹੜੀ ਫਾਰਮਰਸ ਨੂੰ ਅਦਾਇਗੀ ਦਾ ਮਾਮਲਾ ਹੈ, ਇੱਕ ਪਾਸੇ ਪੰਜਾਬ ਨੇ ਕੇਂਦਰ ਤੋਂ ਆਪਣੀਆਂ ਪਿਛਲੀਆਂ ਅਦਾਇਗੀਆਂ ਉਹ ਸਾਰਾ ਹਿਸਾਬ ਕਿਤਾਬ ਚੁੱਕਤਾ ਕਰਨਾ, ਦੂਜੇ ਪਾਸੇ ਇਹਦਾ ਰੂਟੀਨ ਮੈਟਰ ਹੈ, ਹਰ ਸਾਲ ਜਿਹੜੀ ਫਾਰਮਰਸ ਦੀ ਅਦਾਇਗੀ ਕੀਤੀ ਜਾਂਦੀ ਹੈ ਉਹਦੇ ਲਈ RBI ਤੋਂ ਕਿਸਾਨਾਂ ਨੂੰ ਆੜ੍ਹਤੀਆਂ ਦੇ ਰਾਹੀਂ ਸਾਰਾ ਕੁਝ ਪੇਮੈਂਟ ਹੁੰਦੀ ਹੈ, ਤੁਸੀਂ ਜਾਣਦੇ ਹੋ ਦੋਨਾਂ ਇਸ਼ੂ ਨੂੰ ਜੋੜ ਕੇ ਕਲੱਬ ਕਿਉਂ ਕੀਤਾ ਜਾ ਰਿਹਾ? ਸਾਨੂੰ ਬੜੀ ਵੱਡੀ ਇਸ ਗੱਲ ਦੀ ਹੈਰਾਨੀ ਹੋਈ ਹੈ ਕਿ ਜਿਹੜਾ ਪੈਸਾ ਸੈਂਟਰ ਪੂਲ ਲਈ ਅਨਾਜ ਲਈ ਖਰੀਦਣ ਲਈ RBI ਨੇ ਦੇਣਾ ਜੀ, ਉਹਦੇ ਨਾਲ ਤਾਂ ਪੰਜਾਬ ਸਰਕਾਰ ਦਾ ਕੋਈ ਮਤਲਬ ਹੀ ਨਹੀਂ ਜੀ, ਉਹ ਤਾਂ ਕਿਸਾਨਾਂ ਦੀ ਅਮਾਨਤ ਹੈ ਜੀ। ਮੈਂ ਤਾਂ ਇਸ ਤੋਂ ਕਹਿਣਾ ਕਿ ਜਿਹੜੇ ਅਧਿਕਾਰੀ ਇਹ ਕਿਸਾਨਾਂ ਦੀ ਅਮਾਨਤ ਨੂੰ ਰੋਕਦੇ ਨੇ ਜੀ, ਇਹਨਾਂ ਵਿਰੁੱਧ ਕਾਰਵਾਈ ਕਰਨੀ ਚਾਹੀਦੀ ਔਰ ਅੱਗੇ ਵਾਸਤੇ ਵੀ ਨਿਯਮ ਬਣਾਉਣਾ ਚਾਹੀਦਾ ਹੈ ਕਿ ਜਿਹੜਾ ਪੈਸਾ ਕਿਸਾਨਾਂ ਨੂੰ ਜਾਣਾ ਫਸਲ ਦਾ ਜੀ, ਉਹਦੇ 'ਚ ਇੱਕ ਦਿਨ ਦੀ ਡਿਲੇ ਨਾ ਕਰੇ ਕੋਈ ਜੀ, ਜੋ ਡਿਲੇ ਕਰਦਾ ਉਹਦੇ ਖਿਲਾਫ਼ ਕਾਰਵਾਈ ਕੀਤੀ ਜਾਵੇ ਜੀ, ਉਹਦੇ ਲਈ ਰਿਸਪੋਂਸੀਬਿਲਟੀ ਫਿਕਸ ਕੀਤੀ ਜਾਣੀ ਚਾਹੀਦੀ ਹੈ। ਅਸ਼ੋਕ ਜੀ, ਜਿੱਦਾਂ ਇਹ ਕਹਿ ਰਿਹਾ ਕਿ ਵੀ ਅਦਾਇਗੀ ਕਰਕੇ ਜਿਹੜੀਆਂ ਸਮੱਸਿਆਵਾਂ ਆ ਰਹੀਆਂ, ਤੁਸੀਂ ਕਿਸਾਨ ਹੋ, ਇੱਕ ਵੱਡੀ ਸਮੱਸਿਆ ਇਹ ਵੀ ਹੈ ਕਿਉਂਕਿ ਪੰਜਾਬ ਦਾ ਕਿਸਾਨ ਇਸ ਵੇਲੇ ਰੁੱਝਿਆ ਪਿਆ, ਉਹਨੂੰ ਪੈਸੇ ਨਹੀਂ ਮਿਲ ਰਹੇ, ਪੈਸੇ ਨਹੀਂ ਮਿਲ ਰਹੇ ਤਾਂ ਉਹ ਨਵਾਂ ਬੀਜ ਕਿੱਥੋਂ ਲਏਗਾ, ਨਵੀਆਂ ਖਾਦਾਂ ਕਿੱਥੋਂ ਲਏਗਾ, ਨਵੀਆਂ ਦਵਾਈਆਂ ਕਿੱਥੋਂ ਲਏਗਾ? ਇਹਦੇ ਨਾਲ ਲੱਗਦਾ ਨਹੀਂ ਕਿ ਜਿਹੜੀ ਨੈਕਸਟ ਜਿਹੜੀ ਕ੍ਰੋਪ ਹੈ ਕਣਕ ਦੀ ਬਿਜਾਈ ਹੈ ਉਹ ਸਿੱਧੇ ਤੌਰ 'ਤੇ ਪ੍ਰਭਾਵਿਤ ਹੋ ਰਹੀ ਹੈ? ਬਿਲਕੁਲ ਜੀ, ਸਿੱਧੇ ਤੌਰ 'ਤੇ ਪ੍ਰਭਾਵਿਤ ਹੋਊਗੀ, ਮਾਰੂ ਅਸਰ ਪਊਗਾ ਜੀ, ਇਹਦੇ ਨਾਲ ਝਾੜ ਵੀ ਘਟੂਗਾ ਜੀ ਫਸਲ ਦਾ, ਜਿਉਂ ਜਿਉਂ ਲੇਟ ਹੋਊਗੀ ਜੀ ਜੀ, ਅਤੇ ਕਿਸਾਨ ਕੋਲ ਇਸ ਟਾਈਮ ਨਾ ਬੀਜ ਖਰੀਦਣ ਵਾਸਤੇ ਨਾ DAP ਖਰੀਦਣ ਵਾਸਤੇ ਪੈਸੇ ਹੈ ਨਹੀਂ, ਆੜ੍ਹਤੀਆਂ ਕੋਲ ਹੈ ਨਹੀਂ, ਕਿਸਾਨ ਕੋਲ ਹੈ ਨਹੀਂ, ਅਤੇ ਅਗਲੀ ਫਸਲ 'ਤੇ ਵੀ ਮਤਲਬ ਪੂਰੇ ਸਿੱਧੀ ਤਰ੍ਹਾਂ ਕਿਸਾਨ ਦੀ ਆਰਥਿਕਤਾ ਪ੍ਰਭਾਵਿਤ ਹੋਏਗੀ ਇਹਦੇ ਨਾਲ ਜੀ, ਅਤੇ ਉਹ ਬਹੁਤ ਪਹਿਲਾਂ ਹੀ ਕਿਸਾਨ ਮਾਰਿਆ ਪਿਆ ਜੀ, ਇਹ ਹੋਰ ਉਹਦੇ 'ਤੇ ਇੱਕ ਮਾਰ ਪੈ ਜਾਊਗੀ, ਇਸ ਕਰਕੇ ਕੇਂਦਰ ਸਰਕਾਰ ਨੂੰ
छेती तो छेती इतने फैसला लेना चाहिए जी, जिन्नी लेट करेंगे उन्ना मारू असर पेगा जी, फौरी तौर पर निबेड़ा कर दी। बड़ी बड़ी ना आलीयत है जी केंद्र सरकार की भी इधर कोई रुझान नहीं है जी उन्होंने हाले तक। चलो शायद हो सकता है मोदी सरकार सेंटर से नवी होर वाधा कर रही है, उदू बाद पंजाब वाल ध्यान देंगे वो आस की जा सकती है। चीमा साहब जिहड़ा चलो इदा आप मजाक के तौर पर जिक्र कर रहे हैं इस गल का, ये बड़ा सीरीयस इशू है जिस मुद्दे पर आप गल कर रहे हैं, वो है कि बई जो आप फार्मर्स नूं अदायगी करते हैं कुछ चे भी लगातार डिस्कशन जाता है कि भी एक किसान नूं डायरैक्ट अदायगी है, एक आढ़तियां दे राहीं अदायगी है, ये भी कहा जा रहा है कि विचोलगिरी वाला सिस्टम जिहड़ा खत्म होना चाहिए है, अगर फार्मर्स नूं डायरैक्ट पेमेंट हुंदी है तो उहदा ज़्यादा बेनीफिट हो सकता है, तुसीं क्योंकि मंडी बोर्ड की भी नुमाइंदगी करते हो, तुसीं की समझदे हो इस मुद्दे ते? देखो अज सिद्धू साहब इस मौके दे उत्ते आके ये अपने आप च एक बहुत वड्डी उदाहरण मिली जी कि जेकर केंद्र सरकार ने अज 15 दिन हो गए ना जी अदायगी नहीं दिती और जे किसानां नूं 15 दिन अदायगी ना मिलती तो वाकया जिहड़ी गल अशोक जी कह रहे हैं साडी कणक बीजी नहीं सी जाणी। ओके अज आड़ती औखा सौखा जिथों मर्जी प्रबंध कर रहा है जी, पर अपने किसान नूं बीज और डीएपी वास्ते जी कोई ना कोई प्रबंध करके दे रहा है जी। ये जिहड़ा आड़ती राही देन दा जो सरकार दा मतलब पिछे भी ये चीज नूं बड़ा डिबेट च लिया गया जी जी, हाई कोर्ट ने भी इहदे ते फैसला किया और इस वेले हर किसान नूं इह ऑप्शन है जी, पंजाब सरकार ने ਇਹ ਕਲੰਕ ਧੋਤਾ ਕਿ ਅਸੀਂ ਕਿਸਾਨਾਂ ਨੂੰ ਸਿੱਧੀ ਅਦਾਇਗੀ ਨਹੀਂ ਦੇਣੀ ਚਾਹੁੰਦੇ, ਚਾਹੇ ਤੁਸੀਂ ਆੜਤੀ ਰਹੀ ਲਓ ਭਾਵੇਂ ਤੁਸੀਂ ਸਿੱਧੀ ਲੈ ਲਓ ਜੀ, ਗਵਰਨਮੈਂਟ ਤੋਂ ਵੀ ਲੈ ਸਕਦੇ ਹੋ, ਪਰ ਤੁਹਾਡੇ ਤਜਰਬੇ ਕੀ ਕਹਿੰਦੇ ਪੰਜਾਬ ਕੀ ਕਰ ਰਿਹਾ ਪੰਜਾਬ ਦਾ ਕਿਸਾਨ ਜੀ ਸਿੱਧੀ ਅਦਾਇਗੀ ਨਾਲੋਂ ਆੜਤੀ ਤੋਂ ਅਦਾਇਗੀ ਲੈਣੀ ਜਿਹੜੀ ਹੈ ਉਹ ਇਸ ਕਰਕੇ ਬਿਹਤਰ ਸਮਝਦਾ ਕਿ ਆੜਤੀ ਦੀ ਦੁਕਾਨ 24 ਘੰਟੇ ਖੁੱਲ੍ਹੀ ਹੈ ਜੀ ਔਰ ਬੈਂਕ ਜਿਹੜੇ ਨੇ ਉਹ 8-9 ਘੰਟੇ ਵਾਸਤੇ ਖੁੱਲ੍ਹਦੇ ਆ, ਉਹਨਾਂ 'ਚ ਛੁੱਟੀਆਂ ਵੀ ਆਉਂਦੀਆਂ, ਪਰ ਆੜਤੀ ਇਹ ਏਟੀਐਮ ਤਾਂ ਹੁਣ ਆਈ ਜੀ ਜੀ, ਆੜਤੀ ਤਾਂ ਪਰਮਾਨੈਂਟ ਏਟੀਐਮ ਚੱਲਿਆ ਆ ਰਿਹਾ ਪਿਛਲੇ 50 ਸਾਲ ਤੋਂ, ਇੱਕ ਜੀਵਨ ਅਦਾਇਗੀ ਵਾਲਾ ਜਿਹੜਾ ਮਸਲਾ ਹੈ ਮੈਂ ਸਮਝਦਾ ਕਿ ਇਹਦੇ ਵਿੱਚ ਜਿਹੜੀ ਆਪਸ਼ਨ ਦਿੱਤੀ ਗਈ ਹੈ ਇਹਨੇ ਬਿਲਕੁਲ ਹੀ ਤਸਵੀਰ ਸਾਫ਼ ਕਰਤੀ, ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਗਿਆ ਕਿ ਕਿੰਨੇ ਕਿਸਾਨ ਸਿੱਧੀ ਚਾਹੁੰਦੇ ਆ। ਜਿਵੇਂ ਸਰ ਤੁਸੀਂ ਤਾਂ ਸਾਰਾ ਡੇ ਟੂ ਡੇ ਡੀਲ ਕਰਦੇ ਹੋ, ਅੰਦਾਜ਼ਨ ਕਿੰਨੇ ਕੁ ਫਾਰਮਰਸ ਆ ਜਿਹੜੇ ਆਪਸ਼ਨ ਲੈਣ ਤੋਂ ਬਾਅਦ ਡਾਇਰੈਕਟ ਪੇਮੈਂਟ 'ਚ ਗਏ ਹੈ, ਅੰਦਾਜ਼ਨ? ਅੰਦਾਜ਼ਨ ਨਹੀਂ, ਸਾਡੇ ਕੋਲ ਮੰਡੀ ਬੋਰਡ 'ਚ ਐਗਜੈਕਟ ਫਿਗਰਾਂ ਨੇ ਜੀ ਜੀ ਜੀ, ਸਿਰਫ 15 ਲੱਖ ਕਿਸਾਨਾਂ ਦੇ ਵਿੱਚੋਂ 8 ਕਿਸਾਨਾਂ ਨੇ ਆਪਸ਼ਨ ਦਿੱਤੀ ਅਲੱਗ ਅਲੱਗ ਇੱਕ ਇੱਕ ਜ਼ਿਲ੍ਹੇ 'ਚ। ਅਸੀਂ ਆਪਣੇ ਆੜਤੀਆਂ ਹੈਲੋ ਜੋ ਤੁਸੀਂ ਜ਼ਿਕਰ ਕੀਤਾ ਇਸ ਗੱਲ ਦਾ, ਹਾਂ ਅਸੀਂ ਜਾਣਨ ਚਾਹੁੰਦੇ ਕਿ ਕਿੰਨੇ ਫਾਰਮਰਸ ਆਇਆ ਜਿਨ੍ਹਾਂ ਨੇ ਡਾਇਰੈਕਟ ਪੇਮੈਂਟ ਲਈ? 8 ਕਿਸਾਨਾਂ ਨੇ ਜਿਹੜੀ ਆ ਬਸ ਆਪਸ਼ਨ ਲਈ ਜੀ, ਖੁਦ ਜਿਨ੍ਹਾਂ ਨੇ ਪੀਐਲਐਲ ਪਾਈ ਵੀ ਹਾਈ ਕੋਰਟ ਦੇ ਵਿੱਚ ਜੀ ਜੀ, ਉਹਨਾਂ ਨੇ ਵੀ ਡਾਇਰੈਕਟ ਦੀ ਆਪਸ਼ਨ ਨਹੀਂ ਦਿੱਤੀ ਜੀ, ਕਿਉਂਕਿ ਮੈਂ ਤੁਹਾਨੂੰ ਦੱਸ ਚੁੱਕਿਆ ਇਹ ਗੱਲਾਂ ਕਹਿਣੀਆਂ ਬਹੁਤ ਕਿਸਾਨ ਨੇਤਾ ਸਤਨਾਮ ਸਿੰਘ ਬੈਰੂ ਜਾਂ ਹੋਰ ਉਹਨਾਂ ਲੋਕਾਂ ਨੇ ਯੈਸ 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 ਸਤਨਾਮ ਸਿੰਘ ਬੈਰੂ ਦਾ ਵੀ ਨਹੀਂ ਆਈ ਕਿ ਅਸੀਂ ਡਾਇਰੈਕਟ ਜਿਹੜੀ ਹੈ ਉਹ ਲੈਣੀ ਚਾਹੁੰਦੇ ਹਾਂ, ਆਪਸ਼ਨ ਦੇ ਦਿੰਦੇ ਬੈਰੂ ਸਾਹਿਬ ਜੀ, ਨਹੀਂ ਦਿੱਤੀ ਉਹਨਾਂ ਨੇ ਵੀ। ਚੀਮਾ ਸਾਹਿਬ ਬੜੀ ਹੈਰਾਨੀ ਜਾਨਕ ਤੁਸੀਂ ਤੱਥ ਜਿਹੜੇ ਸਾਡੇ ਦਰਸ਼ਕਾਂ ਦੇ ਸਾਹਮਣੇ ਲਿਆਂਦੇ ਆ, ਕਿਉਂਕਿ ਹਮੇਸ਼ਾ ਇਹ ਕਿਹਾ ਗਿਆ ਕਿ ਵੀ ਆੜਤੀ ਹੈ ਜਿਹੜੇ ਹੈਗੇ ਆ ਉਹ ਫਾਰਮਰਸ ਨੂੰ ਪੇਮੈਂਟ ਨਹੀਂ ਕਰਦੇ ਜਿਹਦੇ ਕਰਕੇ ਉਹਨੂੰ ਬਲੈਕਮੇਲਿੰਗ ਕਰਦੇ ਆ, ਪਰ ਤੁਸੀਂ ਕਹਿੰਦੇ ਹੋ ਕਿ ਕਿਸਾਨ ਜਿਹੜਾ ਹੈਗਾ ਆੜਤੀਆਂ ਨੂੰ ਛੱਡ ਕੇ ਜਾਣ ਲਈ ਤਿਆਰ ਨਹੀਂ। ਅਸ਼ੋਕ ਜੀ ਤੁਸੀਂ ਕੀ ਸਮਝਦੇ ਹੋ ਕਿ ਇਹਦੇ 'ਚ ਕੋਈ ਕਿਸਾਨ ਦੀ ਮਜਬੂਰੀ ਹੈ ਆੜਤੀ ਦੇ ਰਾਹੀਂ ਜਾਂਦਾ ਕਿ ਜਾਂ ਉਹਦੇ ਕੋਲ ਜਿਹੜੀ ਗਵਰਨਮੈਂਟ ਨੇ ਆਪਸ਼ਨ ਦਿੱਤੀ ਹੈ ਬੈਂਕਾਂ ਦੀ ਉਹਨੂੰ ਸੂਟ ਨਹੀਂ ਕਰਦੀ? ਨਹੀਂ, ਕਿਸਾਨ ਬਿਹਤਰ ਸਮਝਦਾ ਜੀ ਆੜਤੀ ਤੋਂ ਪੇਮੈਂਟ ਲੈਣਾ ਜੀ ਸਿੱਧੀ ਲੈਣ ਦੀ ਬਜਾਏ, ਕਿਉਂਕਿ ਉਹਦੇ 'ਚ ਕੋਈ ਬਲੈਕਮੇਲਿੰਗ ਹੈ ਜਾਂ ਆਪਣੀ ਮਰਜ਼ੀ ਨਾਲ ਕਰਦਾ? ਆਪਣੀ ਮਰਜ਼ੀ ਨਾਲ ਕਰਦਾ ਜੀ ਕਿਸਾਨ ਜੀ, ਅਤੇ ਆੜਤੀ ਟਾਈਮ ਬਾਈ ਟਾਈਮ ਵੀ ਜਿੱਦਾਂ ਚੀਮਾ ਸਾਹਿਬ ਨੇ ਦੱਸਿਆ ਵੀ ਪੇਮੈਂਟ ਕਰਦੇ ਹਾਂ ਜੀ ਜੀ ਜੀ, ਅਤੇ ਜਦੋਂ ਲੋੜ ਹੁੰਦੀ ਹੈ ਵੀ ਕਈ ਵਾਰੀ ਉਹਨਾਂ ਦੀ ਜਿਹੜਾ ਮਾਲ ਮੰਡੀ 'ਚ ਨਹੀਂ ਆਇਆ ਐਡਵਾਂਸ 'ਚ ਵੀ ਪੇਮੈਂਟ ਆੜਤੀ ਕਰਦੇ ਹਾਂ ਜੀ ਜੀ, ਇਸ ਕਰਕੇ ਕਿਸਾਨਾਂ ਨੂੰ ਜ਼ਿਆਦਾ ਹੀ ਬਿਹਤਰ ਹੈ ਆੜਤੀ ਤੋਂ ਲੈਣੀ ਸਿੱਧੀ ਲੈਣ ਦੀ ਬਜਾਏ। ਪ੍ਰੈਕਟੀਕਲ ਤਜਰਬਾ ਇਹ ਹੈ ਕਿ ਉਹ ਆੜਤੀਆਂ ਦੇ ਥਰੂ ਜਾ ਕੇ ਖੁਸ਼ ਹੈਗੇ। ਹਾਂਜੀ ਹਾਂਜੀ। ਚੀਮਾ ਸਾਹਿਬ ਜਿਹੜਾ ਪੰਜਾਬ ਦੇ ਅੰਦਰ ਸਾਰਾ ਸੀਨ ਡਿਵੈਲਪ ਕੀਤਾ ਹੈ ਪਿਛਲੇ ਦਿਨਾਂ ਦੇ ਅੰਦਰ, ਅਕਾਲੀ ਦਲ ਬੀਜੇਪੀ ਦੇ ਕੁਛ ਬਿਆਨਬਾਜ਼ੀ ਵੀ ਹੋਈ, ਬੇਸ਼ੱਕ ਪੰਜਾਬ ਦੇ ਮੁੱਖ ਮੰਤਰੀ ਬਾਰ ਬਾਰ ਇਹ ਗੱਲਾਂ ਕਹਿ ਰਿਹਾ ਕਿ ਬਈ ਇਸ ਇਸ਼ੂ ਨੂੰ ਨਾ ਲਓ, ਪਰ ਇਹ ਹੇਠਾਂ ਇੱਕ ਤਰ੍ਹਾਂ ਦਾ ਗੁਬਾਰ ਦੀ ਤਰ੍ਹਾਂ ਉੱਭਰ ਕੇ ਬਾਰ ਬਾਰ ਇਹ ਗੱਲਾਂ ਸਾਹਮਣੇ ਆ ਰਹੀਆਂ। ਕੁਛ ਹਲਕਿਆਂ 'ਚ ਇਹ ਵੀ ਕਿਹਾ ਜਾਏ ਕਿ ਜੋ ਪੰਜਾਬ ਦੇ ਕਿਸਾਨ ਨੂੰ ਅੱਜ ਮੀਡੀਆ ਦੇ ਅੰਦਰ ਵੀ ਆਇਆ, ਜੋ ਪੰਜਾਬ ਦੇ ਕਿਸਾਨ ਨੂੰ ਭੁਗਤਾਨ ਕਰਨਾ ਪੈ ਰਿਹਾ ਉਹਦੀ ਵਜ੍ਹਾ ਕਿਤੇ ਅਕਾਲੀ ਦਲ ਅਤੇ ਬੀਜੇਪੀ ਦੇ ਅੰਦਰ ਜਿਹੜੀ ਬਦਮਗਜ਼ੀ ਰਿਫਟ ਜਾਂ ਕੁੜੱਤਣ ਕਹਿ ਸਕਦੇ ਹਾਂ ਪੈਦਾ ਹੋਈ ਹੈ, ਉਹਦੀ ਵੀ ਇੱਕ ਵਜ੍ਹਾ ਹੈ। ਦੇਖੋ ਤੁਹਾਡਾ ਸਵਾਲ ਜਾਇਜ਼ ਹੈ, ਗੱਲ ਲਿੰਕ ਕਰ ਜਾਂਦੀ ਜੀ, ਜਦੋਂ ਕੋਈ ਹਾਲਾਤ ਕਿਸੇ ਨਾਲ ਕੋਈ ਅੱਖ ਮਿਲੀ ਹੋਵੇ ਨਾ ਜੀ ਜੀ, ਅਤੇ ਉਹ ਥੋੜ੍ਹਾ ਜਿਹਾ ਸਿੱਧੀ ਗੱਲ ਵੀ ਪੁੱਠੀ ਲੱਗਦੀ ਹੈ। ਹਾਂ, ਉਹਦੀ ਸਿੱਧੀ ਵੀ ਪੁੱਠੀ ਲੱਗਦੀ ਜੀ, ਪਰ ਮੈਂ ਇੱਕ ਗੱਲ ਦੇਖੀ ਹੈ ਬਾਦਲ ਸਾਹਿਬ ਦੀ, ਜਿੰਨੀ ਕੁ ਨੇੜਤਾ ਸਾਨੂੰ ਮਿਲੀ ਜੀ ਕਿ ਬਾਦਲ ਸਾਹਿਬ ਇੱਕ ਸਮੁੰਦਰ ਦੀ ਨਿਆਈ ਨੇ,
ਉਹਨਾਂ 'ਚ ਗਰਮ ਪਾਣੀ ਦੇ ਦਰਿਆ ਵੀ ਆ ਕੇ ਡਿੱਗੀ ਜਾਂਦੇ ਨੇ, ਠੰਡੇ ਬਰਫ਼ ਦੇ ਤੋਦੇ ਵੀ ਆ ਡਿੱਗੀ ਜਾਂਦੇ ਨੇ, ਅਤੇ ਨਾ ਤਾਂ ਉਹਨਾਂ ਦੀਆਂ ਲਹਿਰਾਂ 'ਚ ਕਦੇ ਗਰਮ ਦਰਿਆਵਾਂ ਨੇ ਕੋਈ ਫਰਕ ਪਾਇਆ, ਅਤੇ ਨਾ ਕਦੇ ਬਰਫ਼ ਦੇ ਤੋਦਿਆਂ ਪਾਇਆ। ਜਿਵੇਂ ਸਾਹਿਬ ਮੈਂ ਤੁਹਾਨੂੰ ਇਹਦੇ 'ਤੇ ਟੋਕ ਕੇ ਕਹਿਣਾ ਚਾਹਾਂਗਾ ਕਿ ਸਮੁੰਦਰ ਨੂੰ ਫਰਕ ਨਹੀਂ ਪੈਂਦਾ ਕਿ ਜਿਹੜੇ ਸਮੁੰਦਰ ਦੇ ਕਿਨਾਰਿਆਂ 'ਤੇ ਵਸੇ ਹੁੰਦੇ ਜੋ ਸੁਨਾਮੀ ਆਉਂਦੀ ਹੈ ਨਾ ਉਹ ਰੁੜ ਜਾਂਦੇ ਆ, ਉਹਨਾਂ ਨੂੰ ਬੈਲੈਂਸ ਹੋਣ ਲਈ ਸੰਭਲਣ ਦੇ ਲਈ ਕਈ ਕਈ ਸਾਲ ਲੱਗ ਜਾਂਦੇ। ਬਾਦਲ ਸਾਹਿਬ ਜ਼ਰੂਰ ਇੱਕ ਸਮੁੰਦਰ ਹੈ, ਪਰ ਬਾਦਲ ਸਾਹਿਬ ਦੇ ਆਲੇ ਦੁਆਲੇ ਜਿਹੜੇ ਲੋਕ ਕਿਨਾਰਿਆਂ 'ਤੇ ਬੈਠੇ ਜੁੜੇ ਬੈਠੇ ਆ, ਅਗਰ ਇਹਨਾਂ ਦੀਆਂ ਲਹਿਰਾਂ ਉੱਠਦੀਆਂ ਰਹਿਣਗੀਆਂ ਤਾਂ ਉਹਨਾਂ ਨੂੰ ਤਬਾਹੀ ਦਾ ਸਾਹਮਣਾ ਕਰਨਾ ਪਏਗਾ। ਇਹ ਗੱਲ ਤੁਹਾਡੀ ਕਾਫ਼ੀ ਹੱਦ ਤੱਕ ਮੈਂ ਸਮਝ, ਜਿਹੜੇ ਐਂਗਲ ਤੋਂ ਤੁਸੀਂ ਗੱਲ ਕਹਿ ਰਹੇ ਹੋ ਜੀ ਜੀ, ਪਰ ਇਹ ਵੀ ਮੈਂ ਆਪਣੇ ਤੌਰ 'ਤੇ ਦੋਵੇਂ ਪਾਰਟੀਆਂ ਦੇ ਵਰਕਰ ਸਾਹਿਬਾਨਾਂ ਨੂੰ ਲੀਡਰਾਂ ਨੂੰ ਇਹ ਗੱਲ ਕਹਿਣੀ ਚਾਹੁੰਦਾ ਜੀ ਜੀ ਕਿ ਪੰਜਾਬ ਅੰਦਰ ਜਦੋਂ ਜਦੋਂ ਵੀ ਅਕਾਲੀ ਬੀਜੇਪੀ ਸਰਕਾਰ ਜੀ ਆਈ ਹੈ ਜੀ, ਇਹ ਹੋਣ ਦੇ ਵਿੱਚ ਆਉਣ ਦਾ ਵੱਡਾ ਕਾਰਨ ਇਹੀ ਹੈ ਕਿ ਜੇ ਦੋਨੇ ਧਿਰਾਂ ਇਕੱਠੀਆਂ ਰਹੀਆਂ ਜੀ, ਨਹੀਂ ਤਾਂ ਕਦੇ ਵੀ ਜਿਹੜੀ ਹੈ ਉਹ ਕਾਂਗਰਸ ਸਰਕਾਰ ਤੋਂ ਬਿਨਾਂ ਹੋਰ ਕੋਈ ਸਰਕਾਰ ਪੰਜਾਬ 'ਚ ਬਣਦੀ ਨਹੀਂ। ਅੱਜ ਜਿਹੜਾ ਪੰਜਾਬ ਅੰਦਰ ਸਰਕਾਰ ਬਣਨ ਦਾ ਇੱਕ ਪੰਜਾਬ ਅੰਦਰ ਸਮੀਕਰਨ ਆ ਉਹ ਐਡਾ ਚੰਗਾ ਹੈ ਕਿ ਅਕਾਲੀ ਦਲ ਦਾ ਬਹੁਤ ਵੱਡਾ ਵੋਟ ਬੈਂਕ ਕਿਸਾਨ ਔਰ ਪਿੰਡਾਂ 'ਚ ਜੀ, ਔਰ ਭਾਰਤੀ ਜਨਤਾ ਪਾਰਟੀ ਦਾ ਕੁਛ ਸ਼ਹਿਰਾਂ 'ਚ ਇੱਕ ਕੰਬੀਨੇਸ਼ਨ ਬਣ ਕੇ ਦੋਨੇ। ਤੁਹਾਡੀ ਇਸ ਇਸ਼ੂ ਦੇ ਉੱਤੇ ਸਾਡੀ ਕੋਈ ਦੋ ਰਾਵਾਂ ਨਹੀਂ, ਪਰ ਇੱਕ ਗੱਲ ਤਾਂ ਹੈ ਜਿਹੜੀ ਮੈਂ ਕਹਿੰਦਾ ਕਿ ਜਦੋਂ ਤੁਹਾਡੀ ਸਹਿਮਤੀ ਦੇ ਨਾਲ ਤੁਸੀਂ ਮਦਦ ਕੀਤੀ ਕੇਂਦਰ ਦੇ ਵਿੱਚ ਤੁਹਾਡੇ ਮਿੱਤਰਾਂ ਦੀ ਸਰਕਾਰ ਬਣ ਗਈ ਤਾਂ ਪੰਜਾਬ ਦੇ ਜੱਟ ਦੀ ਜੇਬ ਕਿਉਂ ਖਾਲੀ ਹੈ? ਇਹ ਗੱਲ ਦਾ ਜਵਾਬ ਤਾਂ ਪੰਜਾਬ ਦੇ ਲੋਕ ਮੰਗਣਗੇ ਹੀ ਮੰਗਣਗੇ। ਦੇਖੋ ਇਹ ਗੱਲ ਮੈਂ ਤੁਹਾਨੂੰ ਦੱਸਣ 'ਚ ਕੋਈ ਸੰਕੋਚ ਵੀ ਨਹੀਂ ਕਰਦਾ ਜੀ ਕਿ ਕੁਝ ਜਿਹੜੇ ਬੰਦੇ ਸ਼ਾਰਟਕੱਟ ਮਾਰਨ ਵਾਲੇ ਹੁੰਦੇ ਨਾ ਜੀ ਜੀ ਜੀ, ਉਹਨਾਂ ਦਾ ਕੰਮ ਹੁੰਦਾ ਕਿ ਜਾ ਕੇ ਨੇਤਾ ਕੋਲ ਚੁਗਲੀ ਕਰੋ ਜੀ ਅਤੇ ਚੁਗਲੀ ਕਰਕੇ ਨੰਬਰ ਬਣਾਓ ਜੀ। ਇਸ ਵੇਲੇ ਕੁਝ ਹੇਠਲੇ ਪੱਧਰ ਦੇ ਲੀਡਰ ਕਿਤੇ ਨਾ ਕਿਤੇ ਜਾ ਕੇ ਚੁਗਲੀਆਂ ਚਗਲੀਆਂ ਕਰਦੇ, ਔਰ ਮੈਂ ਇੰਨੀ ਗੱਲ ਸਮਝਣਾ ਕਿ ਉਹ ਚੁਗਲੀ ਉਹਨਾਂ ਨੂੰ ਨਿੱਜੀ ਤੌਰ 'ਤੇ ਕੋਈ ਫਾਇਦਾ ਜਾਂ ਨੁਕਸਾਨ ਕਰਦੀ ਕਿ ਨਾ ਕਰਦੀ ਜੀ ਜੀ, ਪਰ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਕਰ ਰਹੀ ਜੀ। ਔਰ ਇਹ ਬੇਨਤੀ ਵੀ ਕਰਦੇ ਹਾਂ ਕਿ ਇਹ ਜਿਹੜੀ ਕੋਲੀਸ਼ਨ ਬਣੀ ਹੋਈ ਹੈ ਜੀ, ਇਹਦਾ ਇਸ ਵੇਲੇ ਕੇਂਦਰ 'ਚ ਵੀ ਸਾਡੀ ਸਰਕਾਰ ਹੈ ਔਰ ਪੰਜਾਬ 'ਚ ਵੀ ਜੀ ਜੀ, ਔਰ ਜੋ ਪਿੱਛੇ ਅਸੀਂ ਕਮੀਆਂ ਸਮਝਦੇ ਸੀ ਕਿ ਸਾਨੂੰ ਨਹੀਂ ਮਿਲ ਸਕਿਆ ਉਹ ਸਾਨੂੰ ਕੇਂਦਰ ਤੋਂ ਲੈਣਾ ਚਾਹੀਦਾ, ਔਰ ਕੇਂਦਰ ਨੂੰ ਕੋਈ ਵੀ ਇਸ ਤਰ੍ਹਾਂ ਦੀ ਸ਼ਰਾਰਤ ਜਿਹੜੀ ਹੈ ਉਹ ਪੰਜਾਬ 'ਚੋਂ ਜਾ ਕੇ ਕਿਸੇ ਵੀ ਲੀਡਰ ਨੂੰ ਨਹੀਂ ਕਰਨੀ ਚਾਹੀਦੀ ਜੀ ਜੀ। ਚੀਮਾ ਸਾਹਿਬ ਇਹਦੇ ਨਾਲ ਇਹ ਵੀ ਹੈ ਕਿ ਜਿਹੜਾ ਪਹਿਲਾਂ ਵੱਡੇ ਅਤੇ ਛੋਟੇ ਭਰਾਵਾਂ ਦਾ ਰੋਲ ਸੀ ਪੰਜਾਬ ਦੇ ਅੰਦਰ, ਕਿਹਾ ਜਾਂਦਾ ਸੀ ਵੀ ਅਕਾਲੀ ਦਲ ਵੱਡਾ ਭਰਾ ਹੈ, ਬੀਜੇਪੀ ਛੋਟਾ ਭਰਾ ਹੈ, ਹੁਣ ਕਿਉਂਕਿ ਬੀਜੇਪੀ ਦਾ ਸੈਂਟਰ 'ਚ ਕੱਦ ਬਹੁਤ ਵੱਡਾ ਹੋ ਗਿਆ ਇਸ ਕਰਕੇ ਦਿੱਲੀ ਜਾ ਕੇ ਵੱਡੇ ਭਰਾ ਦਾ ਰੋਲ ਉਹ ਬਣ ਜਾਂਦਾ, ਤਾਂ ਵੱਡੇ ਭਰਾ ਨੂੰ ਵੀ ਛੋਟੇ ਭਰਾ ਦਾ ਧਿਆਨ ਰੱਖਣਾ ਪਏਗਾ ਤਾਂ ਹੀ ਇਸ ਨੌਬਤ ਦੇ ਉੱਤੇ। ਅਸ਼ੋਕ ਜੀ ਜਿੱਦਾਂ ਗੱਲ ਕਰਦੇ ਆ ਸਰਕਾਰਾਂ ਦੀ ਭੂਮਿਕਾ ਦੀ, ਮੈਂ ਸਮਝਦਾ ਵੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਿਹੜੀਆਂ ਕਿਸਾਨ ਜਥੇਬੰਦੀਆਂ ਆੜ੍ਹਤੀ ਅੰਦੋਲਨ ਕਰ ਰਿਹਾ, ਪੰਜਾਬ ਸਰਕਾਰ ਕੇਂਦਰ 'ਚ ਜਾ ਕੇ ਬੈਠੀ ਹੈ, ਕੇਂਦਰ ਤੋਂ ਜਾ ਕੇ ਲਗਾਤਾਰ ਮੀਟਿੰਗਾਂ 'ਤੇ ਇਸ ਗੱਲ ਦੇ ਲਈ ਗੱਲਬਾਤ ਚੱਲ ਰਹੀ ਹੈ, ਪਰ ਜਿਹੜੀਆਂ ਕਿਸਾਨ ਜਥੇਬੰਦੀਆਂ ਉਹਨਾਂ ਦਾ ਰੋਲ ਕੀ ਹੈ ਕਿਸਾਨ ਦੇ ਹਿੱਤਾਂ ਦੇ ਲਈ? ਤੁਸੀਂ ਕਿਸਾਨ ਹੋ, ਤੁਸੀਂ ਕੀ ਸਮਝਦੇ ਹੋ? ਜਿਹੜੀਆਂ ਕਿਸਾਨ ਜਥੇਬੰਦੀਆਂ ਜੀ ਉਹ ਇਸ ਤਰ੍ਹਾਂ ਹੈ ਜੀ, ਪੰਜਾਬ 'ਚ ਵੰਡੀਆਂ ਬਹੁਤ ਗਈਆਂ ਜੀ ਜੀ ਜੀ, ਵੰਡਣ ਕਰਕੇ ਤਾਂ ਉਹਨਾਂ ਦੀ ਤਾਕਤ ਘੱਟ ਗਈ ਜੀ ਜੀ, ਠੀਕ ਹੈ ਜੀ, ਕਿੰਨੇ ਹੀ ਗਰੁੱਪ ਬਣ ਗਏ ਜੀ ਜੀ, ਉਹ ਇਸ ਕਰਕੇ ਉਹਨਾਂ ਦੀ ਤਾਕਤ ਕਮਜ਼ੋਰ ਹੋਣ ਕਰਕੇ ਉਹ ਕੋਈ ਕਿਸਾਨਾਂ ਵਾਸਤੇ ਬਹੁਤ ਵਧੀਆ ਉਪਰਾਲਾ ਨਹੀਂ ਇਕੱਠੇ ਹੁੰਦਾ। ਤੁਸੀਂ ਕਹਿੰਦੇ ਹੋ ਵੀ ਉਹਨਾਂ ਦਾ ਕੋਈ ਬਹੁਤ ਵਧੀਆ ਰੋਲ ਜਾਂ ਤਾਕਤ ਨਹੀਂ ਰਹੀ, ਪਰ ਚੀਮਾ ਸਾਹਿਬ ਤੁਸੀਂ ਦੇਖਿਆ ਹੋਣਾ ਕਿ ਆੜ੍ਹਤੀਆਂ ਦੀਆਂ ਕਈ ਸ਼ਿਕਾਇਤਾਂ ਆਉਂਦੀਆਂ ਕਿ ਕਈ ਜਥੇਬੰਦੀਆਂ ਆੜ੍ਹਤੀਆਂ ਦਾ ਘਿਰਾਓ ਕਰਦੀਆਂ ਔਰ ਘਿਰਾਓ ਕਰਕੇ ਆਪਣੀਆਂ ਗੱਲਾਂ ਵੀ ਮਨਾਉਂਦੀਆਂ, ਫਿਰ ਤਾਕਤ ਆਪਾਂ ਕਮਜ਼ੋਰ ਮੰਨੀਏ ਕਿ ਜਾਂ ਅੰਗੂਠਾ ਦੇ ਕੇ ਆਪਣੀ ਗੱਲ ਮਨਵਾ ਸਕਦੇ ਜੀ? ਮੈਂ ਤੁਹਾਨੂੰ ਦੱਸਦਾ ਤਾਕਤ ਅਜਮਾਉਣ ਵਾਲੀ ਗੱਲ ਨਹੀਂ, ਜਿਹੜਾ ਵਪਾਰੀ ਕਲਾਸ ਹੈ ਇਹ ਸ਼ਾਂਤਮਈ ਤਰੀਕੇ ਨਾਲ ਕੰਮ ਕਰਦਾ ਜੀ, ਕੁਝ ਅਗਰੈਸਿਵ ਲੋਕ ਜਿਹੜੇ ਨੇ ਮੈਂ ਇਹ ਵੀ ਕਹਿਣਾ ਚਾਹੁੰਦਾ ਬਲੈਕਮੇਲਰ ਟਾਈਪ ਨੇ ਜੀ ਜੀ, ਜਿਹੜੇ ਮੰਡੀਆਂ 'ਚ ਜਾ ਕੇ ਕਿਸਾਨਾਂ ਨੂੰ ਮੋਹਰੇ ਲਾ ਕੇ ਇੱਕ ਜਿਹੜੀ ਹੈ ਲੜਾਈ ਸ਼ੁਰੂ ਕਰਾਉਂਦੇ ਜੀ, ਬਾਅਦ ਦੇ ਵਿੱਚ ਅੰਦਰ ਖਾਤੇ ਸਮਝੌਤੇ ਕਰ ਲੈਂਦੇ ਜੀ ਔਰ ਪੈਸੇ ਲੈਂਦੇ, ਸਾਡੇ ਆੜ੍ਹਤੀਆਂ ਨੂੰ ਲੁੱਟਣ ਤੱਕ ਵੀ ਜਾਂਦੇ ਨੇ, ਉਹ ਬਲੈਕਮੇਲ ਕਰਨ ਤੱਕ ਵੀ ਅਸੀਂ ਤੇਰੀ ਦੁਕਾਨ ਬੰਦ ਕਰਾ ਦਿਆਂਗੇ, ਅਤੇ ਬਾਅਦ ਦੇ ਵਿੱਚ ਹਫ਼ਤੇ ਬਾਅਦ ਆ ਕੇ ਚਾਰ ਬੰਦੇ ਆ ਕੇ ਸਮਝੌਤਾ ਕਰਕੇ ਕਹਿੰਦੇ ਸਾਡੀ ਗੱਲ ਨਿਬੜ ਗਈ ਜੀ। ਉਹਨਾਂ ਕਿਸਾਨ ਜਥੇਬੰਦੀਆਂ ਨੂੰ ਮੈਂ ਤਾਂ ਕਿਸਾਨ ਜਥੇਬੰਦੀਆਂ ਨਹੀਂ ਮੰਨਦਾ ਜੀ, ਦੇਖੋ ਪੰਜਾਬ ਅੰਦਰ ਮੁੱਖ ਤੌਰ ਦੇ ਉੱਤੇ ਭਾਰਤੀ ਕਿਸਾਨ ਯੂਨੀਅਨ ਲੜਾਈ ਲੜ ਰਹੀ, ਲਖੋਵਾਲ ਸਾਹਿਬ ਦੀ, ਰਾਜੇਵਾਲ ਸਾਹਿਬ ਦੀ, ਇਹਨਾਂ ਦੇ ਨਾਲ ਚਲੋ ਕੁਝ ਹੱਦ ਤੱਕ ਬਹਿਰੂ ਸਾਹਿਬ ਵੀ ਲੜਾਈ ਲੜ ਰਹੇ ਨੇ, ਲਖੋਵਾਲ ਸਾਹਿਬ ਦਾ ਤੁਹਾਡੇ ਮੰਡੀ ਬੋਰਡ ਦੇ ਤੁਹਾਡੇ ਨਾਲ ਚੇਅਰਮੈਨ ਵੀ ਨੇ, ਇਸ ਕਰਕੇ ਬੇਸ਼ੱਕ ਚੇਅਰਮੈਨ ਨੇ, ਪਰ ਮੈਂ ਇਹ ਗੱਲ ਜਿਹੜੀ ਹੈ ਇਸ ਕਰਕੇ ਜਾਣਦਾ
कि मैं खुद किसान भी हाँ जी, जी मेरे पिता जी भारतीय किसान यूनियन के मैंबर सी जी और लखोवाल साहब नाल उन्होंने लड़ाइयां लड़ियां उस समय जी जदों पंजाब दे किसानां नूं फड़ के जेलां च बंद किया जी जी सो यह गल नहीं कि अज चेयरमैन ने जेलां भी कटियां हुई उन्होंने राजेवाल साहब ने बहुत लड़ाइयां लड़ियां हुई पर यह जिहड़ी बेतफाकी है इन्हां दी और इहदे नाल पंजाब दे किसान दा नहीं हिंदुस्तान दीआं किसानां दी जिहड़ी लड़ाई है वह खत्म हो गई क्योंकि पहलां भी जिन्नियां लड़ाइयां किसानां दीआं लड़ियां गईआं उन्हां दी शुरुआत पंजाब चों हुंदी सी। तुहाडी गल दे नाल जिहड़ी हैगी मुतफक हुंदे होए असीं इह गल कहांगे कि साडे मेहमानां ने अज जिहड़ा झोने दी अदायगी दे मुद्दे ते चर्चा कीती है उहदे सवाल इह खड़ा होया कि इहदे च ना पंजाब दे किसान दा कोई कसूर है ना आढ़तियां दा कसूर है पंजाब सरकार दिल्ली वल देख रही है तो दिल्ली पंजाब बारे कोई फैसला नहीं रह रहा बहुत गंभीर स्थिति बनी हुई है इन्हां मुद्दों नूं लैके साडे मेहमानां दी कि राय बनदी है कि केंद्र नूं अपनिया नज़रिया बदलन दी लोड़ है नहीं तो पंजाब दे अंदर कई नवें अंदोलन उठन दी संभावना तो इनकार नहीं किया जा सकता। इन्हां सारे मुद्दों ते चर्चा च शामिल होने लई जिथे असीं चीमा साहब दे बहुत बहुत धन्नवादी हैं उत्थे असीं अशोक जी दे भी चर्चा च शामिल होने लई इस डिबेट च हिस्सा लैण लई बहुत धन्नवादी हैं और असीं अपने दर्शकों नूं कहांगे कि पंजाब नाल जुड़े होर अहम मुद्दों ते असीं आने वाले दिनों तुहाडे अगे नवीं डिबेट लैके हाज़र होवांगे। तद तक लई इजाजत दिओ, धन्नवाद।